ਸਾਸਰੀਕਾਲ ਦੋਸਤੋ ਟੈਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬੀ ਇੰਡਸਟਰੀ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਦੋਸਤੋ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਅਪਡੇਟ ਦੀ ਦੋਸਤੋ ਜਦੋਂ ਦਾ ਸਿੱਧੂ ਮੂਸੇਵਾਲਾ ਨੇ 295 ਗੀਤ ਰਿਲੀਜ਼ ਕੀਤਾ ਹੈ ਉਸ ਟਾਈਮ ਤੋਂ ਸਿੱਧੂ ਮੂਸੇਵਾਲਾ ਦੇ ਹੇਟਰਾਂ ਦੇ ਕਾਫੀ ਮਿਰਚਾਂ ਲੜੀਆਂ ਹਨ ਤੇ ਹਰ ਕੋਈ ਹੁਣ ਸਿੱਧੂ ਮੂਸੇਵਾਲਾ ਨੂੰ ਕੁਝ ਨਾ ਕੁਝ ਬੋਲ ਕੇ ਆਪਣੀ ਆਤਮਾ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ ਤੇ ਦੋਸਤੋ ਇਦਾਂ ਦਾ ਹੀ ਹੁਣ ਸਿੱਧੂ ਮੂਸੇਵਾਲਾ ਨਾਲ ਇੱਕ ਪੰਗਾ ਲਿਆ ਹੈ ਰੇਡੀਓ ਚੈਨਲ ਤਹਿਲਕਾ ਮੀਡੀਆ ਦੇ ਐਂਕਰ ਨੇ ਦੋਸਤੋ ਇਸ ਐਂਕਰ ਨੂੰ ਸਿੱਧੂ ਮੂਸੇਵਾਲਾ ਵੱਲੋਂ ਟੈਣੇ ਨੂੰ ਕੀਤਾ ਗਿਆ ਰਿਪਲਾਈ ਇਹਨਾਂ ਕਿਉਂ ਬਿਆ ਕਿ ਇਸ ਨੇ ਸਿੱਧੂ ਮੂਸੇਵਾਲਾ ਬਾਰੇ ਕਾਫੀ ਕੁਝ ਆਪਣੇ ਲਾਈਵ ਦੌਰਾਨ ਕਹਿ ਦਿੱਤਾ ਜਿਸ ਦਾ ਜਵਾਬ ਸਿੱਧੂ ਮੂਸੇਵਾਲਾ ਨੇ ਵੀ ਨਾਲ ਦੀ ਨਾਲ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤਾ ਹੈ ਦੋਸਤੋ ਪਹਿਲਾਂ ਤੁਹਾਨੂੰ ਦਿਖਾਉਣਾ ਕਿ ਇਸ ਐਂਕਰ ਦੀ ਉਹ ਵੀਡੀਓ ਜਿਸ ਦਾ ਰਿਪਲਾਈ ਸਿੱਧੂ ਮੂਸੇਵਾਲਾ ਨੇ ਕੀਤਾ ਹੈ ਆ ਮੂਸੇਵਾਲਾ ਦਾ ਮੈਂ ਅੱਜ ਰੇਡੀਓ ਤੇ ਕਹਿਣਾ ਅ ਜਿੰਨੀ ਕਿਤੇ ਕੋਈ ਪ੍ਰਾਪ ਕੈਸ਼ ਚੁਕੂੰਗਾ ਦੱਸੋ ਆਵੇ ਮੇਰੇ ਨਾਲ 5% ਮਾਰਕੀਟ ਨਾਲੋਂ ਵੱਧ ਰੇਟ ਦਊਗਾ ਜਿੰਨੀ ਜ਼ਮੀਨ ਇਹਦਾ ਘਰ ਜਾਇਦਾਦ ਜਿੰਨਾ ਕੁਸ਼ ਹੈ ਮੈਂ ਰੇਡੀਓ ਤੇ ਬੈਠਾ ਕਹਿੰਦਾ ਕੀ ਉਮਰ ਹੈ ਤੁਹਾਡੀ 4 ਸਾਲ ਉਮਰ ਹੈ 4 ਸਾਲਾਂ ਬਾਅਦ ਤੁਹਾਨੂੰ ਕੁੱਤਾ ਨਹੀਂ ਪੁੱਛਦਾ ਜਿਵੇਂ ਕੁੱਤੇ ਦੇ ਕੀੜੇ ਪੈ ਕੇ ਦੀ ਕਿਸੇ ਮੰਜੇ ਥਲੇ ਕੀ ਕਿਸੇ ਮੰਜੇ ਥਾਲੇ ਫੇਰ ਤਾਂ ਤੁਸੀਂ ਵੜਦੇ ਫਿਰਦੇ ਹੋ ਸਾਡੇ ਵਰਗਿਆਂ ਨੂੰ ਕਾਲ ਕਰਕੇ ਜਾਂ ਮੇਲੇ ਵਾਲੇ ਨਾਲ ਗੱਲ ਹੀ ਕਰਾ ਦੇ ਉਹਨਾਂ ਨੂੰ ਭਾਈ ਕਾਲ ਕੋ ਕਹਿੰਦੇ ਅਸੀਂ ਸੱਦਣਾ ਇਹਨੂੰ ਹੁਣ ਨਮਾ ਆ ਗਿਆ ਹੈ ਦੂਬਾਰਾ ਆਹ ਹਾਲਾਤ ਹੁੰਦੇ ਨੇ ਦੋਸਤੋ ਸਿੱਧੂ ਮੂਸੇਵਾਲੇ ਨੇ ਇਸ ਦਾ ਰਪਲਾਈ ਕਰਦੇ ਹੋਏ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਆਹ ਹੁਣੇ-ਹੁਣੇ ਮੈਂ ਇੱਕ ਵੀਡੀਓ ਦੇਖੀ ਆ ਇੱਕ ਮੇਰਾ ਧਨਵਾਨ ਵੀਰ ਕਹਿ ਰਿਹਾ ਹੈ ਕਿ ਮੈਂ ਮੂਸੇਵਾਲੇ ਦੀ ਸਾਰੀ ਪ੍ਰਾਪਰਟੀ ਅੱਧੇ ਘੰਟੇ ਵਿੱਚ ਖਰੀਦ ਲਵਾਂ ਉਹ ਵੀ ਵੱਧ ਪੈਸਿਆਂ 'ਚ ਠੀਕ ਆ ਵੀਰ ਜੀ ਹੋ ਸਕਦਾ ਤੁਹਾਡੇ ਕੋਲ ਬਹੁਤ ਜਿਆਦੇ ਪੈਸੇ ਹੋਣ ਮੇਰੇ ਤੋਂ ਵੀ ਵੱਧ ਜੋ ਮੈਨੂੰ ਮੈਟਰ ਹੀ ਨਹੀਂ ਕਰਦੇ ਮੇਰੇ ਲਈ ਅਮੀਰ ਹੋਣ ਦਾ ਮਤਲਬ ਕੁਝ ਹੋਰ ਆ ਤੇ ਤੁਹਾਡੇ ਵਰਗੇ ਪੈਸੇ ਵਾਲੇ ਅਮੀਰ 24 ਘੰਟੇ ਅੱਗੇ ਪਿੱਛੇ ਰਹਿੰਦੇ ਮੇਰੇ ਤੇ ਨਾਲੇ ਜਿਹੜੀ ਪ੍ਰਾਪਰਟੀ ਮੈਂ ਬਣਾਈ ਜਨਾ ਸੱਤ ਜਨਮ ਲੈ ਲਈਂ ਤੇਰੇ ਤੋਂ ਤਾਂ ਵੀ ਨਹੀਂ ਖਰੀਦ ਹੋਣੀ ਕਿਉਂਕਿ ਮੇਰੀ ਪ੍ਰਾਪਰਟੀ ਮੇਰੇ ਲੋਕ ਨੇ ਇਸ ਦੇ ਨਾਲ ਹੀ ਸਿੱਧੂ ਮਸੇਵਾਲਾ ਨੇ ਇੱਕ ਹੋਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਬਾਕੀ ਗੱਲ ਰਹੀ ਕਲਾਕਾਰਾਂ ਦੀ ਵਾਹਿਗੁਰੂ ਨੇ ਹਰੇਕ ਨੂੰ ਆਪਣਾ ਇੱਕ ਕਿੱਤਾ ਦਿੱਤਾ ਹੈ ਤੇ ਉਹਦਾ ਹੀ ਦਿੱਤਾ ਹਰੇਕ ਖਾਂਦਾ ਹੈ ਤੇ ਤੁਹਾਡੇ ਵਰਗੇ ਰੇਡੀਓ ਵਾਲੇ ਇੰਟਰਵਿਊ ਇਹਨਾਂ 4 ਸਾਲ ਚੱਲਣ ਵਾਲੇ ਕਲਾਕਾਰਾਂ ਤੋਂ ਹੀ ਮੰਗਦੇ ਹਨ ਦੋਸਤੋ ਜਦੋਂ ਦਾ ਇਸ ਰੇਡੀਓ ਚੈਨਲ ਵਾਲੇ ਨੇ ਸਿੱਧੂ ਮਸੂਏ ਵਾਲਾ ਨੂੰ ਮਾੜਾ ਕਿਹਾ ਹੈ ਉਸ ਟਾਈਮ ਤੋਂ ਸਿੱਧੂ ਮਸੂਏ ਦੇ ਕਟੜ ਫੈਨ ਇਸੇ ਚੈਨਲ ਤੇ ਜਾ ਕੇ ਇਸ ਦੀ ਵੀਡੀਓ ਨੂੰ ਰਿਪੋਰਟ ਤੇ ਅਨਲਾਈਕ ਕਰ ਰਹੇ ਹਨ ਤੇ ਕਮੈਂਟਾਂ ਵਿੱਚ ਵੀ ਇਸ ਨੂੰ ਖੂਬ ਰਪਲਾਈ ਕਰ ਰਹੇ ਹਨ ਦੋਸਤੋ ਤੁਸੀਂ ਵੀ ਇਸ ਵੀਡੀਓ ਤੇ ਜਾ ਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਪੇਸ਼ ਕਰ ਸਕਦੇ ਹੋ ਬਾਕੀ ਦੋਸਤੋ ਐਸੀ ਹੁਣ ਤੱਕ ਦੀ ਅਪਡੇਟ ਹੋਰ ਅਪਡੇਟ ਲਈ ਚੈਨਲ ਟੈਸ਼ਨ ਪੰਜਾਬੀ ਲਾਈਵ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ